بسم اللہ الرحمن الرحیم دوستو بارش ہوئی ہے اور بچھاں دی آج موجہ نے تو انشاءاللہ پانی بھی باہر بہت زیادہ کھڑا ہے تو بچھاں باہر کڈ لیا आज दोस्तों बारिश होई दी है देखो पानी माशाल्लाह बहुत ज़्यादा खड़ा है ते बतखानियां मौजा ने फिलहाल तो डर दिया भी ने क्योंकि इतना पानी इन्होंने पहले नहीं देखा देखो हुण विच वड़दिया ने या नहीं अगर बतखा पानी दे विच वड़ गईयां तो नज़ारा बड़ा मज़े वाला होएगा सीन बड़ा प्यारा बनेगा यार मेरे को 30 बतखा हाँ उस पांच बतखा मर गई ने बच्चे सन लेकिन हम उन्होंने जरा आइडिया नहीं सी ज़्यादा कि बच्चे जड़े होंगे ने ना उन्होंने पानी गिला किया जाए ना पूरा जिसम उन्होंने गिला हो जाए तो उन्होंने बहुत मुश्किल होंगे सर्दी बर्दाश्त करना मुर्गी के बच्चे हो या बतख के बच्चे होना सर्दी च पालना नामुमकिन सी गल है बहुत मुश्किल हो जाता है ठीक है लेकिन गर्मी के बड़ा ही आसान हो जाता गर्मी बड़े आसानी नाल पल जाते हैं उन्हें पानी के वड़ जाने मेरा ख्याल थोड़ा पानी तलाश करन दे चक्करां च ने मुझे लगता है फड़ के भी सुटने पैनी है ऐ मोबाइल पकड़ मोहसन मोहसन हैलो मोबाइल पकड़ चला ही गया ना पानी के अंदर चलो देखने कोई अच्छा जा सीन बन जाए दोस्तों आज दो जगह तो सप देखे एक थोड़ा जहा इत करके दूसरा वो सामने प्लाट दिता ना मैं जा रहा सा सब्जी घर की लैन इस प्लाट से इस जगह तो डड्डू नू पकड़ा हुआ सी सप ने मेरे वाला साहब भी आ रहे थे उधरों तो मैं उन्होंने नहीं सप नू मारन दिता तो फिर बजुर्गों की गल भी तो मनने पैंदी है उस ने एक पकड़ के बेच सुट सबर कर हलीन हलीन कौन है जी ना
बतखा अगे जा रही ने, लेकिन पानी है इन्हों वापस लियाने पैना या मुश्किल हो जाएगा। ओए इतनी दूर ना जाओ ए मोसन है अदरा दोस्तों इन्हों लियाने पैना तो काफ़ी अगे चला जाएंगे, पानी भी मुश्किल होएगा पकड़। ज्यादा दूर अगर बंद गया पर चलाना भी नहीं हमारे चाहिए।
ਆ ਲੈ ਬੜਾ ਮੁਸ਼ਕਿਲ ਹੋ ਗਿਆ ਸੀ ਬੱਚਾ ਨਾ ਇੱਧਰ ਲਿਆਉਣਾ ਵੀਡੀਓ ਅੱਛੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਘੈਂਟੀ ਜ਼ਰੂਰ ਵਜਾਉਣੀ ਜੇ ਇਨਸ਼ਾਅੱਲਾ ਤਾਲਾ ਮਿਲਾਂਗਾ ਅਗਲੀ ਵੀਡੀਓ 'ਚ ਹੁਣ ਬੱਚਾ ਨੂੰ ਅੰਦਰ ਕਰ ਲਈਏ ਦੋਸਤੋ ਇੱਕ ਬੱਚਾ ਗੁੰਮ ਹੋ ਗਿਆ ਅਤੇ ਅੱਲਾ ਕਰਿਓ ਮਿਲ ਜਾਏ ਪਤਾ ਨਹੀਂ ਪਾਣੀ ਦੇ ਵਿੱਚ ਰਹਿ ਗਿਆ ਕਿਤੇ ਸਾਈਡ 'ਤੇ ਅਸਲ 'ਚ ਨਾ ਬੱਚਾ ਪਾਣੀ ਦੇ ਵਿੱਚ ਬਹੁਤ ਮੁਸ਼ਕਿਲ ਬਚਦਾ ਅਤੇ ਜਾਂ ਘਰ ਉਹ ਅਲੱਗ ਪਹਿਲੇ ਹੀ ਚਲਾ ਗਿਆ ਹੁਣ ਦੇਖਣੇ ਅੱਲਾ ਖੈਰ ਕਰੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਇੱਕ ਬੱਚਾ ਕੰਮ ਹੈ ਯਾਰ ਸੈਂਟਰ ਵਾਲਾ ਆਇਆ ਉਹਦਾ ਬੱਚਾ ਨਾ ਜਿਹੜਾ ਇਹਨੂੰ ਦਵਾਈ ਦੇਣੀ ਪੈਣੀ ਆ ਕਿਉਂਕਿ ਲੜਾ ਕੇ ਲਾ ਹੋ ਗਿਆ ਵੇਖੋ ਨਾ ਜਦੋਂ ਮੁਕੰਮਲ ਗਿੱਲੇ ਹੋ ਜਾਂਦੇ ਨੇ ਤੇ ਇਹਨਾਂ ਦੀ ਹਾਲਤ ਬੜਾ ਖਰਾਬ ਹੋ ਜਾਂਦੀ ਠੀਕ ਹੈ ਫਿਰ ਦੋਸਤੋ ਮਿਲਾਂਗੇ ਇਨਸ਼ਾਅੱਲਾ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੀਏਗਾ ਅਸਲਾਮ ਅਲੈਕੁਮ ਦੋਸਤੋ ਇਹ ਇੰਜੈਕਸ਼ਨ ਕੁਛ ਪਾਣੀ 'ਚ ਮਿਲਾਉਂਦੇ ਹਾਂ ਤਾਂ ਕਿ ਇਹਨਾਂ ਨੂੰ ਕੋਈ ਮਸਲਾ ਨਾ ਬਣੇ ਔਰ ਕੁਛ ਨੂੰ ਵੈਸੇ ਪਿਲਾਉਣੇ ਪਏਗਾ ਹੁਣ ਪਾਣੀ ਪੀਣ ਦੇਣਾ ਇਹਦੇ ਨਾਲ ਨਜ਼ਲਾ ਜ਼ੁਕਾਮ ਵਗੈਰਾ ਬੁਖਾਰ ਰਹਿਣਾ ਉਹ ਨਹੀਂ ਹੋਏਗਾ ਕਾਕਿਆਂ ਤਾਂ ਬਿਮਾਰ ਹੋ ਸਕਦੇ ਨੇ ਉਹਨਾਂ ਨੂੰ ਅਸੀਂ ਇੰਜੈਕਸ਼ਨ ਦੇਵਾਂਗੇ ਤਾਂ ਕਿ ਅੱਲਾ ਕਰੇ ਬਿਮਾਰੀ ਤੋਂ ਬਚ ਸਕਣ ਇਹਨਾਂ ਨੂੰ ਜ਼ਿਆਦਾਤਰ ਜ਼ੁਕਾਮ ਲੱਗਦਾ ਠੰਡ 'ਚ ਅਕਸਰ ਬਹੁਤਾ ਮਸਲਾ ਬਣ ਜਾਂਦਾ ਇਹਨਾਂ ਨੂੰ ਮੂੰਹ ਖੋਲ ਰਿਪੋਰਟ ਵੀ ਖਾਲੀ ਲੱਗ ਰਹੀ ਹੈ
ਲੱਗ ਰਹੇ ਨੇ ਹੈ ਜ਼ਿਆਦਾ ਅੱਛਾ ਕਲੋਏ ਹੁਣ ਪਕੜ ਅੱਛਾ ਪਕੜ ਦੋਸਤੋ ਦੁਆ ਕਰਿਓ ਬੱਚਾ ਨੂੰ ਮੁਸ਼ਕਲ ਹੈ ਅਤੇ ਵੀਡੀਓ ਬਣਾਉਣ ਦੇ ਚੱਕਰਾਂ 'ਚ ਬਾਕੀ ਇਹ ਕੁਛ ਲੋਕਾਂ ਦਾ ਖਿਆਲ ਹੁੰਦਾ ਕਿ ਪਾਣੀ ਵਗੈਰਾ ਵੀ ਸਭ ਕੁਛ ਹੁੰਦਾ ਐਸਾ ਨਹੀਂ ਹੈ ਜਿਸ ਤਰ੍ਹਾਂ ਹਰ ਤਰ੍ਹਾਂ ਇਨਸਾਨ ਆਪਣੀ ਪਸੰਦ ਦੀ ਕੋਈ ਚੀਜ਼ ਖਾ ਨਹੀਂ ਸਕਦਾ ਨਾ ਇਨਸਾਨ ਤੋਂ ਖਾਣਾ ਹੀ ਤੁਸੀਂ ਬੁਲਾ ਲਓ ਖਾਣਾ ਲੱਗਾ ਹਰ ਟਾਈਮ ਨਹੀਂ ਖਾ ਸਕਦਾ ਪੇਟ ਭਰਿਆ ਅਤੇ ਬਸ ਉਹ ਹੀ ਹਿਸਾਬ ਹੈ ਨਾ ਕਿ ਕੁਛ ਟਾਈਮ ਨਹੀਂ ਪਾਣੀ 'ਚ ਰਹਿ ਸਕਦੇ ਹਰ ਟਾਈਮ ਨਹੀਂ ਰਹਿ ਸਕਦੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਾਂਗੇ ਇਨਸ਼ਾਅੱਲਾ ਅਗਲੀ ਵੀਡੀਓ 'ਚ ਅਤੇ ਘੰਟੀ ਜ਼ਰੂਰ ਵਜਾਉਣੀ ਜੀ ਅਸਲਾਮ ਵਾਲੇਕੁਮ।